ਦੁਨੀਆ ਭਰ ਵਿੱਚ ਨੋਵਲ ਕਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਸ ਕਹਿਰ ਤੋਂ ਬਾਅਦ ਜਿੱਥੇ ਇਹ ਜਿਹੜਾ ਆਪਸੀ ਰਿਸ਼ਤਿਆਂ ਦੇ ਵਿੱਚ ਵੀ ਦੂਰੀ ਆਈ ਆ, ਪੰਜਾਬ ਦੇ ਵਿੱਚ ਦੋ ਜਗ੍ਹਾ 'ਤੇ ਦੇਖਣ ਨੂੰ ਮਿਲਿਆ ਜਿੱਥੇ ਕਿ ਪਰਿਵਾਰ ਵਾਲਿਆਂ ਨੇ ਆਪਣੇ ਮ੍ਰਿਤਕ, ਜਿਸ ਤਰ੍ਹਾਂ ਇੱਕ ਔਰਤ ਦੀ ਮੌਤ ਹੋਈ ਸੀ ਉਸਦਾ ਸੰਸਕਾਰ ਕਰਨ ਤੋਂ ਦੂਰ ਹੋਏ। ਉਸ ਤੋਂ ਇਲਾਵਾ ਅੰਮ੍ਰਿਤਸਰ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਦੇਖਣ ਨੂੰ ਮਿਲਿਆ, ਲੇਕਿਨ ਸਰਕਾਰ ਵੱਲੋਂ ਇਸ ਤੋਂ ਬਾਅਦ ਉੱਦਮ ਕੀਤੇ ਗਏ। ਇਸ ਤੋਂ ਬਾਅਦ ਕਈ ਜਿਹੜੀਆਂ ਨੇ ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ ਨੇ, ਮੰਦਰ ਕਮੇਟੀਆਂ ਅੱਗੇ ਆਏ ਨੇ, ਕਈ ਸੰਸਥਾਵਾਂ ਅੱਗੇ ਆਈਆਂ। ਉਸ ਤੋਂ ਬਾਅਦ ਸਰਕਾਰ ਵੱਲੋਂ ਡਿਸਟ੍ਰਿਕਟ ਲੈਵਲ 'ਤੇ ਇੱਕ ਕਮੇਟੀਆਂ ਦਾ ਵੀ ਗਠਨ ਕੀਤਾ ਗਿਆ ਹੈਗਾ, ਜਿਸ ਤਰ੍ਹਾਂ ਇਸ ਕਮੇਟੀ ਦੇ ਵਿੱਚ ਡਾਕਟਰ, ਕਮਿਊਨਿਟੀ ਨੂੰ ਸੰਬੰਧ ਰੱਖਣ ਵਾਲੇ, ਪੁਲਿਸ ਦੇ ਅਧਿਕਾਰੀ ਸ਼ਾਮਿਲ ਨੇ, ਹੋਰ ਸਮਾਜਿਕ ਜਿਹੜੇ ਸੇਵਾਦਾਰ ਨੇ ਉਹ ਸ਼ਾਮਿਲ ਨੇ। ਸਭ ਤੋਂ ਵੱਡੀ ਗੱਲ ਆ, ਲੁਧਿਆਣਾ ਦੇ ਵਿੱਚ ਵੀ ਇੱਕ ਕਮੇਟੀ ਬਣੀ, ਉਸ ਦੇ ਵਿੱਚ ਜਿਹੜੇ ਮਨਦੀਪ ਸਿੰਘ ACP ਨੇ, ਕ੍ਰਾਈਮ ਜਿੱਥੇ ਕਿ ਉਹ ਪੁਲਿਸ ਦੀ ਡਿਊਟੀ ਨਿਭਾ ਰਹੇ ਨੇ, ਪੁਲਿਸ ਦੀ ਡਿਊਟੀ ਨਿਭਾਉਣ ਦੇ ਨਾਲ ਨਾਲ ਜਿੱਥੇ ਉਹ ਆਪਣਾ ਫਰਜ਼ ਅਦਾ ਕਰ ਰਹੇ ਨੇ, ਇਸ ਮਹਾਂਮਾਰੀ ਦੇ ਨਾਲ ਅੱਗੇ ਹੋ ਕੇ ਲੜਾਈ ਲੜ ਰਹੇ ਨੇ, ਉਹ ਇਸ ਕਮੇਟੀ ਦੇ ਵਿੱਚ ਵੀ ਸ਼ਾਮਿਲ ਨੇ। ਜਿਹੜੀ ਕਮੇਟੀ ਕਿ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਆ, ਉਸਦਾ ਕੋਈ ਸੰਸਕਾਰ ਨਹੀਂ ਕਰਦਾ, ਜਾਂ ਲਵਾਰਿਸ ਆ ਉਹਨਾਂ ਦਾ ਸੰਸਕਾਰ ਕਰਨ ਲਈ, ਜੋ ਵੀ ਉਹਨਾਂ ਦੀ ਕਿਰਿਆਕਰਮ ਕਰਨ ਲਈ ਉਹ ਸਾਥ ਦੇਣਗੇ, ਸ਼ਮਸ਼ਾਨ ਘਾਟ ਤੱਕ ਉਸਨੂੰ ਜੋ ਵੀ ਰਸਮਾਂ ਹੋਣਗੀਆਂ ਉਹ ਅਦਾ ਕਰਾਉਣ ਲਈ ਇਸ ਕਮੇਟੀ ਬਣੀ ਆ, ਉਹ ਵੀ ਇਸ ਦੇ ਵਿੱਚ ਸ਼ਾਮਿਲ ਨੇ। ਅਸੀਂ ਗੱਲ ਕਰਾਂਗੇ ਜਿਹੜੀ ਕਮੇਟੀ ਬਣਾਈ ਗਈ ਆ, ਕੀ ਕਮੇਟੀ ਆ, ਕੀ ਉਹਨਾਂ ਵੱਲੋਂ ਜਿਹੜਾ ਕੰਮ ਕੀਤਾ ਜਾਊਗਾ। ਸਾਡੇ ਨਾਲ ਮਨਦੀਪ ਸਿੰਘ ਸੰਧੂ, ਉਹ ACP ਕ੍ਰਾਈਮ ਨੇ, ਅਤੇ ਨਾਲ ਸਾਡੇ ਨਾਲ ਪ੍ਰਵੀਨ ਜੀ ਨੇ ਜਿਹੜੇ ਕਿ ਮਾਂ ਮੰਗਲਾਮੁਖੀ ਧਾਮ ਦੇ ਵਿੱਚ ਸੇਵਾ ਕਰ ਰਹੇ ਲਗਾਤਾਰ, ਕਦੇ ਚਾਹੇ ਰਾਸ਼ਨ ਦੀ ਦੇਣ ਦੀ ਸੇਵਾ ਹੋਵੇ, ਚਾਹੇ ਗਲਵਸ ਦੀ ਹੋਵੇ, ਚਾਹੇ ਮਾਸਕ ਦੀ ਹੋਵੇ, ਲਗਾਤਾਰ ਸੇਵਾ ਕਰ ਰਹੇ ਨੇ ਪਿਛਲੇ ਕਾਫੀ ਦਿਨ ਤੋਂ। ਸਾਡੇ ਨਾਲ ਮਨਦੀਪ ਸਿੰਘ ਜੀ ਵੀ ਨੇ ਅਤੇ ਪ੍ਰਵੀਨ ਜੀ ਨੂੰ ਵੀ ਗੱਲ ਕਰਾਂਗੇ। ਹਾਂਜੀ ਸਰ, ਕੀ ਕਹਿਣਾ? ਇਹ ਜਿਹੜੇ ਕਰੋਨਾ ਵਾਇਰਸ ਦੇ ਸੰਬੰਧੀ ਜਿਹੜੀ ਅਸੀਂ ਸਾਡੇ ਮਾਂ ਮੰਗਲਾਮੁਖੀ ਧਾਮ ਟਰੱਸਟ ਵੱਲੋਂ, ਔਰ ਉਹਦੇ ਵਿੱਚ ਜਿਹੜੇ ਮੈਂਬਰ ਹੈਗੇ ਨੇ ਮਿਸਟਰ ਛਤਵਾਲ ਜੀ IS ਅਫਸਰ, ਡਾਕਟਰ ਗੌਤਮ ਪੋਲੋ ਹੋਸਪਿਟਲ ਤੋਂ ਨੇ, ਮਿਸਟਰ ਰਾਜਵੀਰ ਨੇ ਮੀਡੀਆ ਤੋਂ ਨੇ, ਨਾਲ ਪ੍ਰਵੀਨ ਚੌਧਰੀ ਮੁੱਖ ਸੇਵਾਦਾਰ ਜਿਹੜੇ ਮੰਗਲਾਮੁਖੀ ਧਾਮ ਦੇ ਨੇ। ਅਸੀਂ ਇਹ ਸਾਰਿਆਂ ਨੇ ਆਪਸ ਦੇ ਵਿੱਚ ਇੱਕ ਟੀਮ ਗਠਿਤ ਕੀਤੀ ਵੀ ਤਾਂ ਕਿ ਜਿਹੜਾ ਕੋਈ ਵੀ ਪਰਿਵਾਰ ਇਸ ਵਾਇਰਸ ਤੋਂ ਅਫੈਕਟਡ ਦੀ, ਰੱਬ ਨਾ ਕਰੇ ਕਿਸੇ ਦੀ ਕੈਜੂਅਲਟੀ ਹੁੰਦੀ ਹੈ, ਅਤੇ ਉਹਦਾ ਪਰਿਵਾਰ ਜੇ ਉਹਦਾ ਸੰਸਕਾਰ ਕਰਨ ਲਈ ਨਹੀਂ ਅੱਗੇ ਆਉਂਦਾ, ਤਾਂ ਉਸ ਬੋਡੀ ਦਾ ਸੰਸਕਾਰ ਸਾਡੀ ਇਹ ਕਮੇਟੀ ਔਰ ਪਲੱਸ ਜਿਹੜੇ ਸਾਡੇ ਨਾਲ ਹੋਰ ਕੁਛ ਸੰਸਥਾਵਾਂ ਦੇ ਸੱਜਣ ਜੁੜੇ ਨੇ, ਉਹ ਇਸ ਸੰਸਕਾਰ ਕਰਾਉਣ ਲਈ ਅੱਗੇ ਆਉਣਗੇ, ਉਹ ਕਰਵਾਉਣਗੇ। ਜਿਸ ਤਰ੍ਹਾਂ ਦਾ ਵੀ ਸਾਡੀ ਕਮੇਟੀ ਨੇ ਕੀਤਾ ਵੀ ਜਿਹੜਾ ਵੀ ਜਿਸ ਧਰਮ ਨਾਲ ਵੀ ਜਿਸ ਤਰੀਕੇ ਦਾ ਹੋਏਗਾ, ਉਹਦੀ ਕਰਮੇਸ਼ਨ ਉਸ ਢੰਗ ਨਾਲ ਹੀ ਕਰਵਾਉਣ ਦੇ ਵਿੱਚ ਯੋਗਤਾ ਰੱਖੀ ਜਾਊਗੀ ਵੀ ਉਹਦਾ ਉਸੇ ਹੀ ਵਿਧੀ ਵਿਧਾਨ ਨਾਲ ਉਹਦਾ ਸੰਸਕਾਰ ਕੀਤਾ ਜਾ ਸਕੇ। ਜਿਹੜਾ ਪ੍ਰੋਟੋਕਾਲ ਨੇ, ਹੈਲਥ ਪ੍ਰੋਟੋਕਾਲ ਨੇ, ਉਹਨਾਂ ਨੂੰ ਵੀ ਫੋਲੋ ਕੀਤਾ ਜਾਊਗਾ, ਜਿਵੇਂ PPE ਕਿੱਟ ਹੈ, ਇਹਨਾਂ ਦਾ ਵੀ ਸਾਰਾ ਇੰਤਜ਼ਾਮ ਕੀਤਾ ਗਿਆ? ਬਿਲਕੁਲ ਜੀ, ਪ੍ਰੋਪਰ ਵੇ ਨਾਲ ਜਿਹੜੀ ਜਿੰਨੀ ਵੀ PPE ਕਿੱਟ ਜਿਹੜੀਆਂ ਯੂਜ਼ ਕੀਤੀਆਂ ਜਾਣਗੀਆਂ, ਔਰ ਜੋ ਮੈਡੀਕਲੀ ਵੀ ਜੋ ਇੰਸਟਰਕਸ਼ਨਸ ਨੇ ਉਹਨਾਂ ਨੂੰ ਫੋਲੋ ਕਰਦੇ ਹੋਏ ਹੀ ਇਹ ਸਾਰਾ ਕੁਛ ਕਿਰਿਆਕ੍ਰਮ ਕੀਤਾ ਜਾਊਗਾ। ਬਿਲਕੁਲ, ਜਿਹੜਾ ਮਨਦੀਪ ਸਿੰਘ ਜੀ ਨੇ ਦੱਸਿਆ, ਜਿਹੜੇ ਇਸ ਮਹਾਂਮਾਰੀ ਨਾਲ ਜੇਕਰ ਕਿਸੇ ਦੀ ਮੌਤ ਹੋ ਜਾਂਦੀ ਆ, ਤਾਂ ਉਸਦਾ ਜਿਹੜਾ ਸੰਸਕਾਰ, ਜਿਹੜਾ ਲਵਾਰਿਸ ਆ ਜਾਂ ਸੰਸਕਾਰ ਕਰਨ ਲਈ ਕੋਈ ਨਹੀਂ ਅੱਗੇ ਆਊਗਾ, ਤਾਂ ਇੱਕ ਕਮੇਟੀ ਵੱਲੋਂ ਅੱਗੇ ਆ ਕੇ ਉਸਦਾ ਹਰ ਵਿਧੀ ਵਿਧਾਨ ਨਾਲ, ਜਿਸ ਵੀ ਧਰਮ ਨਾਲ ਸੰਬੰਧਿਤ ਹੋਊਗਾ, ਉਸੇ ਤਹਿਤ ਜਿਹੜਾ ਉਹਦਾ ਜਿਹੜਾ ਸੰਸਕਾਰ ਵੀ ਕੀਤਾ ਜਾਊਗਾ, ਉਹਦਾ ਕਿਰਿਆਕਰਮ ਵੀ ਜਿਹੜਾ ਕੀਤਾ ਜਾਊਗਾ। ਪ੍ਰਵੀਨ ਜੀ ਵੀ ਸਾਡੇ ਨਾਲ, ਪ੍ਰਵੀਨ ਜੀ ਨਾਲ, ਪ੍ਰਵੀਨ ਜੀ ਕੀ? ਜੈ ਮਾਤਾ ਦੀ। ਪਹਿਲਾਂ ਮਾਂ ਬਗਲਾਮੁਖੀ ਪਰਿਵਾਰ ਲਗਾਤਾਰ ਜਦੋਂ ਦਾ ਕਰੋਨਾ ਟਾਈਮ ਦਾ ਜਿਹੜਾ ਇਹ ਆਪਾਂ ਕਹਿੰਦੇ ਕਿ ਮਹਾਂਮਾਰੀ ਨੇ ਪੂਰੇ ਵਿਸ਼ਵ ਨੂੰ ਘੇਰਿਆ ਹੋਇਆ, ਜੋਗੀ ਸਤਿਆਨਾਥ ਜੀ ਮਹਾਰਾਜ ਦੀ ਆਸ਼ੀਰਵਾਦ ਨਾਲ ਸਾਡੀ ਡਿਊਟੀ ਲੱਗੀ, ਲੰਗਰ ਪ੍ਰਸ਼ਾਦ ਸਾਰਾ ਅਸੀਂ ਵੰਡ ਰਹੇ ਹਾਂ, ਡਰਾਈ ਰਾਸ਼ਨ ਵੰਡ ਰਹੇ ਹਾਂ, ਪਿਛਲੇ 24 ਤਰੀਕ ਤੋਂ ਲਗਾਤਾਰ ਸਾਡੀ ਮਾਂ ਬਗਲਾਮੁਖੀ ਪਰਿਵਾਰ ਦੀ ਟੀਮ ਇਹ ਦਿਨ ਦਾ ਸੇਵਾ ਕਰ ਰਹੀ ਹੈ।
ਥੋੜ੍ਹੇ ਦਿਨ ਪਹਿਲਾਂ ਜਦੋਂ ਇਹ ਖਬਰ ਇੱਕ ਸਾਹਮਣੇ ਆਈ, ਇੱਕ ਪਰਿਵਾਰ ਨੇ ਆਪਣੇ ਹੀ ਪਰਿਵਾਰ ਦੇ ਜਦੋਂ ਇੱਕ ਜੀ ਚਲਾ ਗਿਆ ਉਹਦੇ ਸੰਸਕਾਰ ਤੋਂ ਪਿੱਛੇ ਹਟੇ, ਪੂਜੇ ਗੁਰਦੇਵ ਜੋਗੀ ਸਤਿਆਨੰਦ ਜੀ ਮਹਾਰਾਜ ਦੇ ਨਾਲ ਸਾਨੂੰ ਆਦੇਸ਼ ਹੋਇਆ, ਮਨਦੀਪ ਭਾਅ ਜੀ ਸਾਡੇ ਮਾਂ ਬਗਲਾ ਮੁਖੀ ਧਾਮ ਦੇ ਸੇਵਕ ਵੀ ਨੇ ਅਤੇ ਇੱਕ ਪੁਲਿਸ ਔਫਿਸਰ ਦੇ ਨਾਲ ਨਾਲ ਇੱਕ ਮਾਂ ਬਗਲਾ ਮੁਖੀ ਪਰਿਵਾਰ ਦੇ ਸਾਥੀ ਵੀ ਨੇ, ਉਹਨਾਂ ਦੇ ਨਾਲ ਨਾਲ ਸਾਹਿਬ ਮਨਪ੍ਰੀਤ ਸਿੰਘ ਛਤਵਾਲ ਜਿਹੜੇ ਇੱਕ ਆਈ ਐੱਸ ਔਫਿਸਰ ਨੇ, ਇੱਕ ਉਹ ਇੱਕ ਡਾਕਟਰ ਗੌਤਮ ਅਗਰਵਾਲ ਜਿਹੜੇ ਐੱਸ ਪੀ ਐੱਸ ਹੋਸਪਿਟਲ ਹੈ ਲੁਧਿਆਣੇ ਵਿੱਚ, ਸਾਡੀ ਟੀਮ ਬਣੀ ਜਿਹਦੇ ਵਿੱਚ ਸਾਡੇ ਨਾਲ ਇੱਕ ਮਿਸਟਰ ਰਾਜਦੀਪ ਨੇ ਜਿਹੜੇ ਸੰਪਾਦਕ ਵੀ ਨੇ ਤੁਹਾਡੇ ਡੇਲੀ ਪੋਸਟ ਦੇ, ਅਸੀਂ ਸਾਰਿਆਂ ਨੇ ਮਿਲ ਕੇ ਗੁਰਦੇਵ ਦੇ ਦੇਸ਼ ਦੀ ਪਾਲਣਾ ਕੀਤੀ ਕਿ ਐਸੀ ਟੀਮ ਦਾ ਗਠਨ ਕੀਤਾ ਜਾਵੇ ਜਿਹੜੇ ਕਿਸੇ ਧਰਮ ਦੇ ਵੀ ਬੰਦੇ ਦਾ ਜਦੋਂ ਡੈਥ ਹੁੰਦੀ ਹੈ ਉਹਦਾ ਜਿਹੜਾ ਆਖਰੀ ਕਿਰਿਆ ਜਿਹਨੂੰ ਆਪਾਂ ਸੰਸਕਾਰ ਕਿਰਿਆ ਕਹਿੰਦੇ ਹਾਂ, ਉਹੀ ਉਹਦੇ ਪਰਿਵਾਰ ਨਿਭਾਉਣ ਨੂੰ ਅੱਗੇ ਨਹੀਂ ਆ ਰਹੇ। ਸਾਡੇ ਮਾਂ ਬਗਲਾ ਮੁਖੀ ਪਰਿਵਾਰ ਦੀ ਟੀਮ ਨੇ ਇਹ ਸੇਵਾ ਲਈ ਆ ਆਪਣੇ, ਜਿੱਥੇ ਸਾਡੇ ਨਾਲ ਮੈਡਮ ਕਮਲਜੀਤ ਬਰਾੜ ਨੇ ਮੀਟਿੰਗ ਵੀ ਕੀਤੀ, ਉਹਨਾਂ ਨੇ ਜਿਹੜਾ ਸ਼ੇਰਪੁਰ ਚੌਂਕ ਦੇ ਵਿੱਚ ਸ਼ਮਸ਼ਾਨ ਘਾਟ ਹੈ ਉਹਦੇ ਵਿੱਚ ਪ੍ਰੋਪਰ ਅਸੀਂ ਪੂਰਾ ਸੈਨੇਟਾਈਜ਼ ਕਰਕੇ ਜਿਹੜੀ ਪੀ ਪੀ ਕਿੱਟਸ ਹੈਗੀਆਂ ਨੇ ਜੋ ਵੀ ਮੈਡੀਕਲ ਹਦਾਇਤ ਨੇ WHO ਦੀਆਂ ਉਹਨਾਂ ਨੂੰ ਪੂਰਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਚੀਜ਼ ਦਾ ਧਿਆਨ ਰੱਖਿਆ ਜਾਏਗਾ। ਇੱਕ ਚੀਜ਼ ਮੈਂ ਹੋਰ ਤੁਹਾਡੇ ਰਾਏ ਮਾਧਮੇ ਰਾਹੀਂ ਕਹਿਣਾ ਚਾਹੂੰਗਾ, ਇੱਕ ਐਸੀ ਦੁੱਖ ਦੀ ਘੜੀ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਇੱਕ ਦੂਜੇ ਦਾ। ਮਹਾਮਾਰੀ ਹੈ ਇਹਦੀਆਂ, ਇਹਦੇ ਵਿੱਚ ਬਚਾਅ ਕਰਕੇ ਆਪਾਂ ਇਸ ਚੀਜ਼ ਨਾਲ ਲੜਨਾ ਹੈ, ਨਾ ਕਿ ਡਰਨਾ ਮਰਨਾ ਹੈ। ਲੋਕ ਜਿੰਨਾ ਦੀ ਵੀ ਡੈਥ ਹੋ ਰਹੀ ਉਹ ਡਰ ਹੀ ਇੰਨੇ ਜਾਂਦੇ ਨੇ, ਕਿਸੇ ਵੀ ਚੀਜ਼ ਤੋਂ ਵਿਪਤਾ ਲਈ ਸਾਨੂੰ ਉਸ ਚੀਜ਼ ਦਾ ਸਾਹਮਣਾ ਕਰਨਾ ਚਾਹੀਦਾ, ਸਾਨੂੰ ਲੋਕਡਾਊਨ ਦਾ ਪਾਲਣ ਕਰਨਾ ਚਾਹੀਦਾ। ਇਹ ਬਹੁਤ ਵੱਡੀ ਵਿਪਤਾ ਹੈ ਆਪਣੇ ਲੁਧਿਆਣੇ ਸ਼ਹਿਰ ਦੇ ਵਿੱਚ ਆਈ ਦੀ, ਪੂਰੇ ਵਿਸ਼ਵ ਦੇ ਵਿੱਚ ਹੈ ਮੈਂ ਕਹਾਂਗਾ। ਇਹਨੂੰ ਆਪਾਂ ਸਾਰਿਆਂ ਨੇ ਮਿਲ ਕੇ ਅੱਗੇ ਹੋ ਕੇ, ਤੁਹਾਡੇ ਮੀਡੀਆ ਦੇ ਕਰਮੀਆਂ ਦਾ, ਦੇਖੋ ਪੁਲਿਸ ਪ੍ਰਸ਼ਾਸਨ ਦਿਨ ਨਾਲ ਸੇਵਾ ਕਰ ਰਹੀ ਹੈ, ਬੜੀ ਮੰਦਭਾਗੀ ਗੱਲਾਂ ਹੁੰਦੀਆਂ ਨੇ ਜਦੋਂ ਕਿਸੇ ਕੰਮ ਕਰਦੇ ਹੋਏ ਬੰਦਿਆਂ ਦੇ ਨਾਲ ਕੋਈ ਘਟਨਾ ਘਟਦੀ ਹੈ। ਮਾਂ ਬਗਲਾ ਮੁਖੀ ਪਰਿਵਾਰ ਇਹੀ ਅਰਦਾਸ ਕਰਦੀ ਹੈ ਵੀ ਘੱਟ ਤੋਂ ਘੱਟ ਇਹ ਨੁਕਸਾਨ ਕਰੇ ਆਪਣੇ ਪੰਜਾਬ ਦੇ ਵਿੱਚ। ਅਸੀਂ ਤਾਂ ਇਹੀ ਦੁਆ ਕਰਦੇ ਹਾਂ ਮਾਂ ਬਗਦੀ ਦੇ ਚਰਨਾਂ ਦੇ ਵਿੱਚ ਵੀ ਕਿਸੇ ਦੀ ਵੀ ਡੈਥ ਨਾ ਹੋਵੇ, ਇਹ ਸਾਡੇ ਵਾਲੀ ਸੇਵਾ ਦੀ ਲੋੜ ਹੀ ਨਾ ਪਵੇ। ਰੱਬ ਨਾ ਕਰੇ ਫਿਰ ਵੀ ਕੋਈ ਲੋੜ ਪੈਂਦੀ ਹੈ, ਮਾਂ ਬਗਲਾ ਮੁਖੀ ਪਰਿਵਾਰ ਦੀ ਜਿਹੜੀ ਆ 5-ਮੈਂਬਰੀ ਕਮੇਟੀ ਦੇ ਨਾਲ ਨਾਲ ਸਾਡੇ ਹੋਰ ਵੀ ਬਹੁਤ ਸਾਥੀ ਨੇ, ਇਹ 5-ਮੈਂਬਰੀ ਟੀਮ ਦੇ ਉੱਪਰ ਸਾਡੇ ਗੁਰਦੇਵ ਨੇ ਆਦੇਸ਼ ਕੀਤਾ ਵੀ 5 ਮੈਂਬਰ ਤੁਸੀਂ ਅੱਗੇ ਲੱਗ ਕੇ ਇਸ ਕੰਮ ਦੀ ਜ਼ਿੰਮੇਵਾਰੀ ਚੱਕੋ। ਹੋਰ ਵੀ ਸਾਡੇ ਨਾਲ ਪ੍ਰਸ਼ਾਸਨ ਕੋਈ ਸਾਨੂੰ ਕੋਈ ਜ਼ਿੰਮੇਵਾਰੀ ਲਗਾਉਂਦਾ, ਮਾਂ ਬਗਲਾ ਮੁਖੀ ਪਰਿਵਾਰ ਹਰ ਡਿਊਟੀ ਨੂੰ ਨਿਭਾਉਣ ਨੂੰ ਅੱਗੇ। ਬਿਲਕੁਲ, ਜਿਹੜਾ ਹੈਗਾ ਇਹ ਕਮੇਟੀ ਬਣਾਈ ਗਈ ਆ, ਸਭ ਤੋਂ ਵੱਡੀ ਗੱਲ ਆ ਪ੍ਰਵੀਨ ਜੀ ਨੇ ਦੱਸਿਆ ਵੀ ਕਿਸੇ ਨੂੰ ਇਸ ਦੀ ਜ਼ਰੂਰਤ ਨਾ ਪਵੇ, ਲੇਕਿਨ ਜੇਕਰ ਫਿਰ ਵੀ ਕੋਈ ਬੰਦੇ ਦੀ ਇਸ ਬਿਮਾਰੀ ਨਾਲ ਮੌਤ ਹੋ ਜਾਂਦੀ ਆ ਤਾਂ ਉਸਨੂੰ ਸੰਸਕਾਰ ਕਰਨ ਲਈ ਜਾਂ ਉਹਦਾ ਕਿਰਿਆਕ੍ਰਮ ਲਈ ਕੋਈ ਨਹੀਂ ਅੱਗੇ ਆਉਂਦਾ, ਤਾਂ ਇਹ ਕਮੇਟੀ ਹੈ ਜਿਹੜੀ, ਜਿਵੇਂ ਡਾਕਟਰ ਗੌਤਮ ਅਗਰਵਾਲ ਨੇ, ACP ਮਨਦੀਪ ਸਿੰਘ ਸੰਧੂ ਨੇ, ਇਸ ਤੋਂ ਇਲਾਵਾ ਜਿਹੜੇ ਮਨਪ੍ਰੀਤ ਛਤਵਾਲ ਨੇ, IAS ਰਾਜਦੀਪ ਸਿੰਘ ਅਤੇ ਪ੍ਰਵੀਨ ਜੀ ਨੇ, ਜਿਹੜੇ ਕਿ ਲਗਾਤਾਰ ਇਸ ਕਮੇਟੀ ਦੇ ਵਿੱਚ ਸ਼ਾਮਿਲ ਹੋਏ ਨੇ ਅਤੇ ਉਹ ਹਰ ਸੇਵਾ ਨੂੰ ਨਿਭਾਉਣ ਲਈ ਤਿਆਰ ਨੇ। ਸੋ ਸਾਡੀ ਸਾਰਿਆਂ ਨੂੰ ਇਹੀ ਅਪੀਲ ਆ, ਘਰਾਂ ਦੇ ਵਿੱਚ ਰਹਿਣ, ਡਰਨ ਦੀ ਲੋੜ ਨਹੀਂ, ਲੜਨ ਦੀ ਲੋੜ ਹੈ। ਸਿਰਫ ਜੋ ਵੀ ਇੰਸਟਰਕਸ਼ਨਾਂ ਪੰਜਾਬ ਸਰਕਾਰ ਨੇ ਜਾਂ ਸਿਹਤ ਵਿਭਾਗ ਨੇ ਕੀਤੀਆਂ ਨੇ ਉਹਨਾਂ ਦੀ ਪਾਲਣਾ ਕੀਤੀ ਜਾਵੇ, ਲੋਕਡਾਊਨ ਦੀ ਪੂਰੀ ਪਾਲਣਾ ਕੀਤੀ ਜਾਵੇ, ਤਾਂ ਜੋ ਜਿਹੜੇ ਅਧਿਕਾਰੀ ਅੱਗੇ ਹੋ ਗਏ, ਪੁਲਿਸ ਅਧਿਕਾਰੀ ਵੀ ਮਦਦ ਦੇ ਵਿੱਚ ਆਏ ਨੇ ਤੁਹਾਡੇ ਦੇ ਵਿੱਚ, ਜਾਂ ਡਾਕਟਰ ਨੇ, ਉਹਨਾਂ ਨੂੰ ਸਹਾਇਤਾ ਮਿਲ ਸਕੇ, ਨਾ ਕਿ ਉਹਨਾਂ ਨੂੰ ਉਹ ਇਸੇ ਕੰਮ ਦੇ ਵਿੱਚ ਲੱਗੇ ਰਹਿਣ ਕਿ ਤੁਹਾਨੂੰ ਘਰਾਂ ਦੇ ਵਿੱਚ ਜਾਣ ਲਈ ਕਹਿਣ, ਵਾਰ ਵਾਰ ਇਸੇ ਕੰਮ ਦੇ ਵਿੱਚ ਅਲਝੇ ਰਹਿਣ। ਜਿਹੜੇ ਪੇਸ਼ੈਂਟ ਨੇ ਉਹਨਾਂ ਦਾ ਇਲਾਜ ਜਾਂ ਜਿਨ੍ਹਾਂ ਨੂੰ ਜ਼ਰੂਰਤ ਆ ਉਹਨਾਂ ਤੱਕ ਕੋਈ ਵੀ ਜ਼ਰੂਰਤ ਦਾ ਸਮਾਨ ਨਾ ਪਹੁੰਚ ਸਕੇ। ਸੋ ਸਾਡੀ ਅਪੀਲ ਆ, ਘਰਾਂ ਦੇ ਵਿੱਚ ਰਹੋ, ਸੇਫ ਰਹੋ। ਲੁਧਿਆਣਾ ਤੋਂ ਕੈਮਰਾ ਪਰਸਨ ਰੋਹਿਤ ਦੇ ਨਾਲ ਤਰਸੇਮ ਭਾਰਦਵਾਜ, ਦੁਨੀਆ ਭਰ ਵਿੱਚ।